ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਦਾਣਾ ਮੰਡੀ ਜੀਰਾ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਇੱਕ ਰੈਲੀ ਕੱਢੀ ਗਈ, ਜਿਸ ਵਿੱਚ ਭਾਰੀ ਸੰਖਿਆ ਦੇ ਵਿੱਚ ਵਰਕਰ ਪੁੱਜੇ। ਇਸ ਵੇਲੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਕਾਬਲੀਅਤ ਰਾਹੁਲ ਗਾਂਧੀ ਨਹੀਂ ਰੱਖਦੇ। ਉਨ੍ਹਾਂ ਨੇ ਇਸ ਮੌਕੇ ਇੱਕ ਮਿਸਾਲ ਵੀ ਦਿੱਤੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਨਰਿੰਦਰ ਮੋਦੀ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਹੈ। ਅੱਜ ਆਪਾਂ ਜਿਸ ਮੰਤਵ ਲਈ ਇਕੱਠੇ ਹੋਏ ਆ ਉਹ ਕੋਈ ਸਧਾਰਨ ਇਲੈਕਸ਼ਨ ਨਹੀਂ, ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਇਹ ਜੋ ਇਲੈਕਸ਼ਨ ਪਾਰਲੀਮੈਂਟ ਦਾ ਦੇਸ਼ ਵਿੱਚ ਹੋ ਰਿਹਾ, ਇਹਦਾ ਅਸਲੀ ਜੋ ਨਿਚੋੜ ਹੈ ਜਾਂ ਅਸਲੀ ਮੰਤਵ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਦੇਸ਼ ਦੀ, ਆਪਣੇ ਸੂਬੇ ਦੀ, ਆਪਣੀ ਤੇ ਆਪਣੇ ਆਉਣ ਵਾਲੀਆਂ ਨਸਲਾਂ ਦੀ ਕਿਸਮਤ ਦੀ ਬਾਗਡੋਰ ਇਸ ਵਿਅਕਤੀ ਦੇ ਹੱਥ ਬਣਾਉਣੀ ਹੈ। ਇਹਨੂੰ ਪ੍ਰਧਾਨ ਮੰਤਰੀ ਬਣਾਉਣਾ, ਕਿਹੜੀ ਪਾਰਟੀ ਦਾ ਸਰਕਾਰ ਹਿੰਦੁਸਤਾਨ ਚ ਆਵੇ। ਇੱਕ ਪਾਸੇ ਸ੍ਰੀ ਨਰਿੰਦਰ ਜੀ ਮੋਦੀ ਸਾਹਿਬ ਹਨ ਤੇ ਦੂਜੇ ਪਾਸੇ ਜਿਹਦਾ ਨਾਂ ਲਿਆ ਜਾਂਦਾ ਹੈ, ਜਿਹੜਾ ਮੇਰੇ ਤੇੜੇ ਵੀ ਨਹੀਂ, ਉਹ ਰਾਹੁਲ ਗਾਂਧੀ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਇਹਦੇ ਸਹੀ ਸੋਚ ਨਾਲ ਹਿੰਦੁਸਤਾਨੀ ਫੈਸਲਾ ਕਰਨ, ਇੱਕ ਵੀ ਵੋਟ ਜਿਹੜੀ ਹੈ ਕਾਂਗਰਸ ਨੂੰ ਨਹੀਂ ਪੈਣੀ ਚਾਹੀਦੀ। ਕਿਉਂ ਨਹੀਂ ਪੈਣੀ ਚਾਹੀਦੀ? ਇਹ ਕੋਈ ਪ੍ਰਧਾਨ ਮੰਤਰੀ ਬਣਨਾ, ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਿੱਚ ਪਹਿਲੀ ਗੱਲ ਹੈ ਤਜਰਬੇ ਦੀ ਲੋੜ ਹੈ। ਇਹ ਤਾਂ ਪ੍ਰਧਾਨ ਮੰਤਰੀ ਬਣਨਾ ਹੈ, ਜੇ ਡਾਕਟਰ ਵੀ ਬਣਨਾ ਹੋਵੇ ਤਾਂ ਉਹਨੂੰ 5-6 ਸਾਲ ਪੜ੍ਹਾਈ ਕਰਨੀ ਪੈਂਦੀ ਹੈ, ਫਿਰ ਉਹਨੂੰ ਹਸਪਤਾਲ ਵਿੱਚ ਸਿਖਲਾਈ ਕਰਨੀ ਪੈਂਦੀ ਹੈ, ਫਿਰ ਵੀ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।